लेटेस्ट अपडेट सब तो पहला देखने लई सब्सक्राइब करो चैनल पंजाब ते प्रेस करो बेल आइकन। अजकल कुड़िया किते भी सुरक्षित नहीं रहियां, क्योंकि इस गल दी गवाही दे रहियां ने एह तस्वीरां जिथे अनाथ आश्रम विच पल रही मासूम बच्चिया नाल शरणा कारा वापरन दा मामला सामने आया। दरअसल अमृतसर दे इलाके मोहकमपुरा विच स्थित भाई फौजा सिंह चैरिटेबल ट्रस्ट विच 50 दे करीब अनाथ बच्चिया रहिंदियां ने, ते इन्हां विचों 2 बच्चिया ने अनाथ आश्रम दे स्टाफ मैंबर बलजीत कौर दे पति वल्लों बलात्कार करन दी कोशिश करन दे दोष लगाए ने। ਤੁਹਾਨੂੰ ਦੱਸੇ ਕਿ ਇਹ ਦੋਵੇਂ ਬੱਚੀਆਂ ਨਾਬਾਲਗ ਨੇ, ਤੇ ਇਸ ਗੱਲ ਦਾ ਖੁਲਾਸਾ ਇਹਨਾਂ ਮਾਸੂਮ ਬੱਚੀਆਂ ਨੇ ਸਮਾਜ ਸੇਵੀ ਸਪਨਾ ਭਾਟੀਆ ਨਾਲ ਕੀਤਾ। ਕੀ ਕਹਿਣਾ ਸਮਾਜ ਸੇਵੀ ਸਪਨਾ ਭਾਟੀਆ ਦਾ ਇਸ ਮਾਮਲੇ ਬਾਰੇ, ਇਸ ਨੂੰ ਤੁਸੀਂ ਆਪ ਹੀ ਸੁਣ ਲਵੋ। ਜੀ, ਇਸ ਆਸ਼ਰਮ 'ਚ ਅਸੀਂ ਸੇਵਾ ਕਰਨ ਆਉਂਦੇ ਸੀ, ਹਮੇਸ਼ਾ 1 ਸਾਲ ਤੋਂ ਆ ਰਹੇ ਹਾਂ ਹਰ ਸੰਡੇ ਦੇ ਸੰਡੇ। ਅੱਜ ਵੀ ਜਿਸ ਤਰ੍ਹਾਂ ਮੈਂ ਪਹਿਲੇ ਦੀ ਤਰ੍ਹਾਂ 8:30 ਵਜੇ ਐਂਟਰੀ ਕੀਤੀ ਹੈ, ਅਤੇ ਬੱਚੇ ਮੈਨੂੰ ਆਪਣੀ ਮੰਮੀ ਦੀ ਤਰ੍ਹਾਂ ਸਮਝਦੇ ਆ, ਅਤੇ ਉਹ ਬੱਚੀਆਂ ਨੇ ਮੈਨੂੰ ਆਪਣੇ ਗਲੇ ਆਪਣਾ ਲੱਗ ਕੇ ਮੇਰੇ ਰੋਈਆਂ ਨੇ, ਅਤੇ ਮੈਂ ਪੁੱਛਿਆ ਤਾਂ ਦੱਸਿਆ ਵੀ ਕੀ ਹੋਇਆ, ਅਤੇ ਕਹਿੰਦੇ ਅਸੀਂ ਸਾਡੇ ਨਾਲ ਮਤਲਬ ਕਿ ਗਲਤ ਹਰਕਤਾਂ ਹੋ ਰਹੀਆਂ ਨੇ ਇੱਥੇ, ਘਬਰਾਈਆਂ ਹੋਈਆਂ ਸੀ ਬੱਚੀਆਂ। ਫਿਰ ਇਹਨਾਂ ਨੂੰ ਮੈਂ ਅਲੱਗ ਕਮਰੇ 'ਚ ਲਿਜਾ ਕੇ ਬੜੇ ਪਿਆਰ ਨਾਲ ਪੁੱਛਿਆ, ਬੜੇ ਕੌਨਫੀਡੈਂਸ ਲੈ ਕੇ, ਅਤੇ ਇਹਨਾਂ ਨੇ ਮੈਨੂੰ ਡਿਟੇਲ ਦੱਸੀ ਹੈ ਕਿ ਇਹਨਾਂ ਦੇ ਨਾਲ ਬਹੁਤ ਗਲਤ ਹਰਕਤ ਜੋ ਨਰਿੰਦਰ ਅੰਕਲ ਜੀ ਨੇ ਉਹਨਾਂ ਨੇ ਕੀਤੀ ਹੈ ਲਾਸਟ ਸੰਡੇ, ਔਰ 3-4 ਵਾਰੀ ਇਹਨਾਂ ਨਾਲ ਹੋ ਚੁੱਕਿਆ। ਨਰਿੰਦਰ ਜਿਹੜੇ ਹੈਗੇ ਨੇ ਕਿੰਨੀ ਉਮਰ ਉਹਨਾਂ ਦੀ? ਉਹਨਾਂ ਦੀ 55-60 ਦੇ ਅੰਦਰ ਆ। ਕਿੰਨੀ ਦੇਰ 'ਚ ਉਹਨਾਂ ਨੇ ਚਾਰਜ ਸੰਭਾਲਿਆ ਸੀ? ਜੀ, 3-4 ਮਹੀਨੇ ਤੋਂ ਹੀ ਉਹਨਾਂ ਦੀ ਮਿਸਿਜ ਇੱਥੇ ਕਲਰਕ ਦਾ ਕੰਮ ਕਰਦੀ ਹੈ, ਅਤੇ ਉਹ ਛੋੜਨ ਆਉਂਦੇ ਸੀ ਅਤੇ ਲੈਣ ਆਉਂਦੇ ਸੀ ਆਪਣੀ ਮਿਸਿਜ ਨੂੰ ਬਸ, ਅਤੇ ਨਾਸ਼ਤਾ ਵਗੈਰਾ ਕਰਕੇ ਜਾਂਦੇ ਸੀ। ਅਤੇ ਕਿੰਨੀਆਂ ਬੱਚੀਆਂ ਕੁੱਲ ਇੱਥੇ ਹੈਗੀਆਂ? ਕੁੱਲ ਇੱਥੇ 50 ਬੱਚੇ ਨੇ ਸਰ, ਔਰ ਇਹ 2 ਬੱਚੀਆਂ ਨੇ ਜੋ ਮੇਰੇ ਸਾਹਮਣੇ ਆਈਆਂ ਨੇ, ਅਤੇ ਪਹਿਲੇ ਵੀ ਕੋਈ ਇਸ ਤਰ੍ਹਾਂ ਦੀ ਚੀਜ਼ ਹੁੰਦੀ ਰਹੀ? ਜੀ ਹਾਂ, ਲਾਸਟ ਈਅਰ ਜੋ ਬੱਚਿਆਂ ਨੇ ਮੈਨੂੰ ਬਿਆਨ ਦਿੱਤੇ ਨੇ, ਲਾਸਟ ਈਅਰ ਵੀ 3 ਲੜਕੀਆਂ ਇੱਥੋਂ ਦੌੜਾਈਆਂ ਗਈਆਂ ਨੇ ਜਾਂ ਦੌੜੀਆਂ ਨੇ, ਜਾਂ ਉਹਨਾਂ ਨਾਲ ਕੀ ਹੋਇਆ ਉਹਦੇ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਹੈ, ਬਸ ਇੰਨਾ ਹੀ ਪਤਾ ਲੱਗਿਆ। ਔਰ 1 ਬੱਚੀ ਦੀ ਡੈਥ ਹੋਈ ਸੀ ਇੱਥੇ, ਜਿਹਦੇ ਵਿੱਚ ਕੋਈ ਵੀ ਟਰੱਸਟ ਦਾ ਬੰਦਾ ਸੰਸਕਾਰ 'ਤੇ ਨਹੀਂ ਆਇਆ ਸੀਗਾ। ਜੀ, ਬੱਚਿਆਂ ਨੇ ਰੋ ਕੇ ਭੈਣ ਜੀ ਨੂੰ ਗੱਲ ਕੀਤੀ, ਭੈਣ ਜੀ ਨੇ ਸਾਡੇ ਨਾਲ ਗੱਲ ਕੀਤੀ, ਮੈਂ SHO ਸਾਹਿਬ ਨਾਲ, ACP ਸਾਹਿਬ ਨਾਲ, ਮੈਂ ਆਪ ਗੱਲ ਕੀਤੀ ਫੋਨ 'ਤੇ, ਕਮਿਸ਼ਨਰ ਸਾਹਿਬ ਦੀ ਨੌਲੇਜ ਅਸੀਂ ਇਹ ਕੇਸ ਲੈਣ ਤਾ, ਅਤੇ ਹੁਣ ਅਸੀਂ ਉਹ ਬੰਦੇ ਨੂੰ ਅੰਦਰ ਫੜਾਇਆ ਜੀ ਮੋਕਮਪੁਰੇ ਥਾਣੇ ਦੇ ਅੰਦਰ, ਅਤੇ ਕਾਂਡ ਲਈ ਉਹਨਾਂ ਦੇ 10 ਮਿੰਟ 'ਚ ਕਹਿੰਦੇ ਸੀ SHP ਸਾਹਿਬ ਨੇ ਆਸ਼ਵਾਸਨ ਦਿਵਾਇਆ ਕਿ 10 ਮਿੰਟ 'ਚ ਪਰਚਾ ਉੱਤੇ ਦਰਜ ਕਰ ਦਿੱਤਾ ਜਾਊਗਾ। ਪਹਿਲੇ ਕੋਈ ਦਰਖਾਸਤ ਇਸ ਤਰ੍ਹਾਂ ਦੀ ਆਈ ਸਾਹਮਣੇ? ਦੇਖੋ ਜੀ, ਇਹ ਦਰਖਾਸਤ ਪਹਿਲੇ ਨਹੀਂ ਇਹਨਾਂ ਨੇ ਕੋਈ ਵੀ ਦਿੱਤੀ, ਲੇਕਿਨ ਉਹ ਕੁੜੀਆਂ ਦੇ ਮੁਤਾਬਿਕ ਇਹ ਕਾਫੀ ਟਾਈਮ ਪਹਿਲੇ ਵੀ ਇਹੋ ਹਰਕਤਾਂ ਹੁੰਦੀਆਂ ਰਹੀਆਂ ਵਾ। ਇਹ ਬੰਦਾ ਹੀ ਨਹੀਂ, ਹੋਰ ਵੀ ਬੰਦੇ ਆਉਂਦੇ ਸੀ ਉਹ ਟਰੱਸਟ ਦੇ ਵਿੱਚ, ਅਤੇ ਕੰਮ ਗਲਤ ਕਰਦੇ ਸੀ ਆ ਕੇ ਉੱਥੇ, ਅਨਾਥ ਬੱਚਿਆਂ ਦਾ ਗਲਤ ਫਾਇਦਾ ਚੁੱਕਦੇ? ਹਾਂਜੀ, ਗਲਤ ਫਾਇਦਾ ਚੁੱਕਦੇ ਸੀ ਅਨਾਥ ਬੱਚਿਆਂ ਦਾ, ਅਤੇ ਉਹ ਮੈਡਮ ਜਿਹੜੇ ਆ ਉਹ ਵਿਚਾਰੇ ਸਵੇਰੇ ਨਾਸ਼ਤਾ ਕਰਾਉਣ ਜਾਂਦੇ ਉਹਨਾਂ ਨੂੰ, ਉਹਨਾਂ ਦੀ ਡਿਊਟੀ ਲੱਗੀ ਕਿ ਐਤਵਾਰ ਦੇ ਐਤਵਾਰ ਉਹ ਬੱਚਿਆਂ ਨਾਲ ਟਾਈਮ ਸਪੈਂਡ ਕਰਦੇ, ਸੋਸ਼ਲ ਵਰਕਰ ਆ ਉਹ, ਅਤੇ ਉਹਨਾਂ ਕਰਕੇ ਉਹ ਉਹਨਾਂ ਨੇ ਬੱਚਿਆਂ ਨੇ ਰੋ ਕੇ ਦੱਸਿਆ ਉਹਨਾਂ ਨੂੰ, ਅਤੇ ਸੋ ਅਸੀਂ ਅੱਜ ਸਵੇਰੇ 12 ਵਜੇ ਦਾ ਨਾਲ ਲੱਗੇ ਹਾਂ ਜੀ, 4:30 ਵਜੇ ਉਹਨੂੰ ਰੈਸਟ ਕਰਾਇਆ, ਅਤੇ ਅੱਜ ਉੱਥੇ ਕਹਿੰਦੇ 10 ਮਿੰਟ 'ਚ ਪਰਚਾ ਦਰਜ ਕਰ ਲਾਂਗੇ ਜੀ, ਉਹਦੀ ਵੇਟ ਹੀ ਕਰਦੇ ਪਏ ਜੀ ਪਰਚਾ ਦਰਜ ਹੋ ਜਾਵੇ ਉੱਥੇ, ਅਤੇ ਬੱਚਿਆਂ ਨੂੰ ਇਨਸਾਫ ਦਿੱਤਾ ਜਾਵੇ। ਮਤਲਬ ਸਾਨੂੰ ਜਿੱਦਾਂ ਪਤਾ ਚੱਲਿਆ, ਮੈਡਮ ਇੱਕ ਆਉਂਦੇ ਇੱਥੇ ਸੋਸ਼ਲ ਵਰਕਰ ਆ, ਉਹਨਾਂ ਨੇ ਬੱਚਿਆਂ ਨੇ ਉਹਨਾਂ ਨਾਲ ਸ਼ੇਅਰ ਕੀਤਾ ਵੀ ਇੱਦਾਂ ਇੱਦਾਂ ਸਾਡੇ ਨਾਲ ਕੁਛ ਹੈਪਨਿੰਗ ਹੋਈ ਗਲਤ, ਅਤੇ ਉਹ ਮੈਡਮ ਨੇ ਸਾਡੇ ਨਾਲ ਕੰਟੈਕਟ ਕੀਤਾ ਵੀ ਇੱਦਾਂ ਇੱਦਾਂ ਬੱਚਿਆਂ ਨਾਲ ਹੋਇਆ ਅਤੇ ਕੀ ਕਰਨਾ ਚਾਹੀਦਾ। ਅਸੀਂ ਆਪਣੇ ਜਿੰਨੀਆਂ ਵੀ ਸੋਸ਼ਲ ਵਰਕ ਟੀਮਾਂ ਹੈਗੀਆਂ ਕਾਫੀ ਆ ਭਾਅ ਜੀ ਆਪਣੇ ਨਾਲ ਹੈਗੇ ਆ, ਚੀਫ ਆਪਣਾ SGPC ਤੋਂ ਇਹ ਵੀ ਪਹੁੰਚ ਗਏ, ਬੱਚਿਆਂ ਕੋਲੋਂ ਪੁੱਛਿਆ ਆਪਾਂ ਜਦੋਂ ਆਪਣੇ ਕੌਨਫੀਡੈਂਸ 'ਚ ਲੈ ਕੇ, ਬੱਚਿਆਂ ਨੇ ਪ੍ਰੋਪਰ ਦੱਸਿਆ ਕਿ ਜਦੋਂ ਵੀ ਆਪਾਂ ਇੱਥੇ ਆਉਂਦੇ ਹਾਂ ਇਹ ਅੰਕਲ ਸਾਨੂੰ ਮਤਲਬ ਕਿ ਬੜਾ ਬੈਡਲੀ ਟੱਚ ਕਰਦੇ, ਬਹੁਤ ਬੈਡ ਟੱਚ ਕਰਦੇ, ਔਰ ਬਕਾਇਦਾ ਬੱਚਿਆਂ ਨੇ ਉਹ ਲੇਡੀਜ਼ ਨੂੰ ਜਿਹੜੇ ਸੋਸ਼ਲ ਵਰਕਰ ਉਹਨਾਂ ਨੂੰ ਦਿਖਾਇਆ ਕਿ ਉਹਨਾਂ ਨਾਲ ਕੀ ਗਲਤ ਹੋਇਆ, ਬੱਚੀ ਦੀ ਬ੍ਰੈਸਟ ਦੇ ਉੱਪਰ ਮਤਲਬ ਕਿ ਬਾਈਟ ਦੇ ਨਿਸ਼ਾਨ ਹੈ, ਪਿੱਠ ਦੇ ਉੱਪਰ ਨਿਸ਼ਾਨ ਹੈ, ਔਰ ਉਹ ਦੇਖੋ ਹੁਣ ਪੁਲਿਸ ਨੂੰ ਆਪਾਂ ਕੀਤੀ ਕੰਪਲੇਂਟ ਮੈਡੀਕਲ ਦੇ ਵਿੱਚ ਕੀ ਆਉਂਦਾ, ਬਾਕੀ ਇੱਥੇ ਕੋਈ ਮੈਨੇਜਮੈਂਟ ਨਹੀਂ, ਕੋਈ CCTV ਕੁਛ ਨਹੀਂ ਹੈ, ਕੋਈ ਰਿਸਪੋਂਸੀਬਲ ਨਹੀਂ, ਈਵਨ ਕਿ ਇੱਥੇ ਕੋਈ ਸਿਕਿਉਰਿਟੀ ਗਾਰਡ ਨਹੀਂ ਹੈ, ਔਰ ਬੱਚਿਆਂ ਨੂੰ ਮੇਰੇ ਖਿਆਲ ਨਾਲ ਇੱਥੇ ਕੋਈ ਪ੍ਰੋਪਰ ਫੀਡ ਜਾਂ ਕੋਈ ਐਜੂਕੇਸ਼ਨ ਵੀ ਨਹੀਂ ਮਿਲਦੀ ਬਈ। ਔਰ ਇਹਨਾਂ ਦੀ ਜੋ ਕਮੇਟੀ ਦੀ ਸੀਨੀਅਰ ਹੈਗੀ, ਜੋ ਇੱਕ ਲੇਡੀਜ਼ ਹੈਗੇ ਗੋਲਡਨ ਟੈਂਪਲ ਦੇ ਅੰਦਰ ਹੀ ਕਿਤੇ ਰਹਿੰਦੇ ਆ, ਉਹਨਾਂ ਨਾਲ ਮੇਰੀ ਗੱਲ ਆਈ ਅਤੇ ਉਹਨਾਂ ਨੇ ਮੈਨੂੰ ਕਿਹਾ ਜੀ ਤੁਸੀਂ ਪੁਲਿਸ ਕੋਲ ਨਾ ਜਾਓ, ਨਾ ਹੀ ਸੋਸ਼ਲ ਮੀਡੀਆ ਦੇ ਵਿੱਚ ਜਾਓ, ਤੁਸੀਂ ਕੁੱਟਮਾਰ ਕਰਕੇ ਅਤੇ ਆਪਣੇ ਐਂਡ 'ਤੇ ਗੱਲ ਨੂੰ ਖਤਮ ਕਰ ਦਿਓ। ਉਹਨਾਂ ਦਾ ਨਾਮ ਨਹੀਂ ਜੀ ਪਤਾ, ਕੋਈ ਏਜਡ ਲੇਡੀ ਹੈਗੇ ਨੇ, ਕੋਈ 80 ਦੇ ਨੀਅਰ ਅਬਾਊਟ, ਬਟ ਜੋ ਸਾਡੀ ਮੋਰਲ ਡਿਊਟੀ ਸੀਗੀ ਕਿ ਬੱਚਿਆਂ ਨਾਲ ਇਨਸਾਫ ਕਰਨਾ, ਕਿਉਂਕਿ ਉੱਥੇ ਹੋਰ ਵੀ ਬੱਚੇ ਹੈਗੇ ਆ, ਅੱਜ ਇਹਨਾਂ ਦੀ ਹਿੰਮਤ ਇੱਥੋਂ ਤੱਕ ਵਧੀ ਹੈ, ਕੱਲ੍ਹ ਨੂੰ ਕਿਸੇ ਹੋਰ ਬੱਚੀ ਨਾਲ ਇਹ ਚੀਜ਼ ਹੋ ਵੀ ਸਕਦੀ ਹੈ। ਇਹ ਹਲੇ ਅਟੈਂਪਟ ਸੀਗਾ, ਬਟ ਆਪਾਂ ਚਲੋ ਟਾਈਮਲੀ ਆਪਾਂ ਉਸ ਬੰਦੇ ਨੂੰ ਇੱਥੇ ਅਰੈਸਟ ਕਰਵਾ ਦਿੱਤਾ ਪੁਲਿਸ ਕੋਲੋਂ, ਆਪਣੇ ਜੋ ਵੀ ਸਾਡੇ ਸਾਰੇ ਸਾਡੇ ਸੋਸ਼ਲ ਵਰਕਰ ਹੋਰ ਵੀ ਟੀਮਾਂ ਕਾਫੀ ਪਹੁੰਚੇ ਹੋਏ ਆ, ਸਾਨੂੰ ਟੋਟਲ 8 ਘੰਟੇ ਹੋ ਗਏ ਆਪਾਂ ਇਸ ਜਿਹੜਾ ਹੈਗਾ ਜਿੰਨੇ ਤੱਕ ਇਹ ਮਤਲਬ ਕੇਸ ਕਿਸੇ ਪਾਸੇ ਨਹੀਂ ਲੱਗਦਾ ਆਪਾਂ ਇੱਥੋਂ ਨੇਲ ਹਾਂ।
ਉੱਥੇ ਇਸ ਮਾਮਲੇ ਬਾਰੇ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਨੂੰ ਲੈ ਕੇ ਪਰਚਾ ਦਰਜ ਕਰ ਲਿਆ ਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਥਾਣਾ ਮੁਕਮਪੁਰਾ ਦੇ ਏਰੀਆ ਦੇ ਵਿੱਚ ਇੱਕ ਟਰੱਸਟ ਹੈ ਜਿੱਥੇ ਇਹ ਗੱਲ ਸਾਹਮਣੇ ਆਈ ਹੈ ਕਿ ਛੋਟੀਆਂ ਬੱਚੀਆਂ ਦੇ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ। ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ, ਮੈਂ ਮੌਕੇ ਉੱਤੇ ਪਹੁੰਚ ਕੇ ਪ੍ਰੋਪਰ ਇਨਵੈਸਟੀਗੇਸ਼ਨ ਕਰ ਰਹੀ ਹੈ। ਪਰਚਾ ਆਪਾਂ ਦਰਜ ਕੀਤਾ ਹੈ, ਬੱਚੀਆਂ ਦੀ ਅਜ 12-13 ਸਾਲ ਹੈ। ਤੇ ਕਿਹੜਾ ਏਰੀਆ, ਕਿਹੜਾ ਮੁਕਮਪੁਰਾ? ਏਰੀਆ ਮੁਕਮਪੁਰਾ ਦੇ ਵਿੱਚ ਇੱਕ ਸੰਸਥਾ ਵਿੱਚ ਹੈਗੀ ਸੀ, ਇੱਕ ਟਰੱਸਟ ਹੈ, ਟਰੱਸਟ ਹੈ ਏਰੀਆ ਮੁਕਮਪੁਰਾ ਦੇ ਵਿੱਚ ਇੱਕ ਟਰੱਸਟ ਹੈ। ਮਤਲਬ ਛੋਟੀਆਂ ਬੱਚੀਆਂ ਜਿਨ੍ਹਾਂ ਦੀ ਅਜ 12-13 ਸਾਲ ਹੈ, ਉਹਨਾਂ ਦੇ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ। ਮੈਂ ਮੌਕੇ 'ਤੇ ਪਹੁੰਚ ਕੇ ਪ੍ਰੋਪਰ ਇਨਵੈਸਟੀਗੇਸ਼ਨ ਕਰ ਰਹੀ ਹਾਂ। ਮੈਡਮ ਬੱਚੀਆਂ ਉੱਥੇ ਕਿੰਨੀਆਂ ਹੈਗੀਆਂ ਸੀ? ਉੱਥੇ ਟੋਟਲ 50 ਬੱਚੀਆਂ ਰਹਿੰਦੀਆਂ ਨੇ, ਕਰੀਬ 50। ਦੇਖਿਆ ਜਾਵੇ ਤਾਂ ਸੜਕਾਂ ਤੇ ਅਨਾਥ ਘੁੰਮਣ ਵਾਲੀਆਂ ਬੱਚੀਆਂ ਦਾ ਅਨਾਥ ਆਸ਼ਰਮ ਹੀ ਇੱਕੋ ਅਜਿਹਾ ਸਹਾਰਾ ਹੁੰਦਾ ਜਿੱਥੇ ਉਹ ਖੁਦ ਨੂੰ ਸੁਰੱਖਿਅਤ ਮਹਿਸੂਸ ਕਰ ਸਕਦੀਆਂ ਨੇ। ਪਰ ਹੁਣ ਤਾਂ ਅਨਾਥ ਆਸ਼ਰਮ ਵਿੱਚ ਵੀ ਮਾਸੂਮ ਬੱਚਿਆਂ ਨੂੰ ਹਫਸ਼ੀਆਂ ਵੱਲੋਂ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਜਾ ਰਿਹਾ। ਆਖਿਰਕਾਰ ਇਹਨਾਂ ਮਾਸੂਮ ਬੱਚਿਆਂ ਦੀ ਅਸਲ ਥਾਂ ਕਿੱਥੇ ਹੈ? ਕੀ ਇਹਨਾਂ ਮਾਸੂਮ ਬੱਚਿਆਂ ਨੂੰ ਚੰਗੀ ਜ਼ਿੰਦਗੀ ਜਿਉਣ ਦਾ ਕੋਈ ਹੱਕ ਨਹੀਂ ਹੈ? ਪਤਾ ਨਹੀਂ ਸਾਡਾ ਪ੍ਰਸ਼ਾਸਨ ਕਿਉਂ ਸੁੱਤਾ ਪਿਆ, ਕਿਉਂ ਉਹ ਇਹਨਾਂ ਮਾਸੂਮ ਬੱਚਿਆਂ ਵੱਲ ਧਿਆਨ ਨਹੀਂ ਦੇ ਰਿਹਾ, ਕਿਉਂਕਿ ਹੁਣ ਤਾਂ ਆਏ ਦਿਨ ਬਲਾਤਕਾਰ ਦੇ ਮਾਮਲੇ ਹੁਣ ਲਗਾਤਾਰ ਵੱਧਦੇ ਜਾ ਰਹੇ ਨੇ। ਅੰਮ੍ਰਿਤਸਰ ਤੋਂ ਧਰਮਵੀਰ ਗਿੱਲ ਦੀ ਰਿਪੋਰਟ, ਚੈਨਲ ਪੰਜਾਬ। ਸਾਡੀ ਲੇਟੈਸਟ ਖਬਰ ਨੂੰ ਸਭ ਤੋਂ ਪਹਿਲਾਂ ਵੇਖਣ ਲਈ ਸਾਡੇ ਚੈਨਲ ਪੰਜਾਬ ਨੂੰ ਕਰੋ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਲਈ ਦਬਾਓ ਬੈਲ ਦਾ ਬਟਨ।